ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ ਯੂਟਿਊਬ ਚੈਨਲ ਦੇ ਉੱਪਰ। ਸੋ ਚੰਡੀਗੜ੍ਹ ਦੇ ਵਿੱਚ ਜਿਹੜੀ ਅਧਿਆਪਕਾਂ ਦੀ ਭਰਤੀ ਦੇ ਨਾਲ ਰਿਲੇਟਡ ਇਸ ਤੋਂ ਪਹਿਲਾਂ ਆਪਾਂ ਇੱਕ ਨਿਊਜ਼ ਦਿੱਤੀ ਸੀ, ਔਰ ਇਸ ਦੇ ਨਾਲ ਹੀ ਬਹੁਤ ਸਾਰੇ ਵਿਦਿਆਰਥੀਆਂ ਦੇ ਕਮੈਂਟ ਆ ਰਹੇ ਸੀ ਕਿ ਇੱਕ ਹੋਰ ਜਿਹੜੀ ਪੋਸਟ ਆ ਵਾਇਰਲ ਹੋ ਰਹੀ ਹੈ ਕਿ ਪੋਸਟਾਂ ਜਿਹੜੀਆਂ ਨੇ ਉਹ ਕੱਢੀਆਂ ਜਾ ਚੁੱਕੀਆਂ ਨੇ। ਔਰ ਇਸ ਦੇ ਵਿੱਚ ਆਪਾਂ ਪਹਿਲਾਂ ਪੜ੍ਹ ਲੈਂਦੇ ਹਾਂ ਕਿ ਲਿਖਿਆ ਕੀ ਹੋਇਆ। ਇਹਦੇ ਵਿੱਚ ਲਿਖਿਆ ਹੋਇਆ ਕਿ NITTR ਚੰਡੀਗੜ੍ਹ ਇਨਵਾਈਟਸ ਐਪਲੀਕੇਸ਼ਨ ਫੋਰ 418 JBT ਟੀਚਿੰਗ ਪੋਸਟ ਔਨ ਦਾ ਬਿਹਾਫ ਆਫ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ। ਐਲੀਜੀਬਲ ਕੈਂਡੀਡੇਟ ਸ਼ੁੱਡ ਅਪਲਾਈ ਔਨਲਾਈਨ ਫੋਰਮ। ਔਰ ਇਹਦੇ ਵਿੱਚ ਲਿਖਿਆ ਕਿ ਜਿਹੜੀ ਫੋਰਮ ਦੀ ਡੇਟ ਹੈ 8 ਅਕਤੂਬਰ 2018 ਤੋਂ ਸ਼ੁਰੂ ਹੋ ਰਹੀ ਹੈ। ਔਰ ਚੈੱਕ ਦਾ ਐਲੀਜੀਬਿਲਟੀ ਕ੍ਰਾਈਟੀਰੀਆ ਸਲੈਕਸ਼ਨ ਔਰ ਜੋਬ ਡਿਸਕ੍ਰਿਪਸ਼ਨ ਅਦਰ ਡਿਟੇਲ ਗਿਵਨ ਬਿਲੋ ਚੰਡੀਗੜ੍ਹ ਟੀਚਿੰਗ ਵੈਕੈਂਸੀ 2018। ਜੋਬ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਨੇ ਲਿਖਿਆ ਕਿ ਟੋਟਲ ਜਿਹੜੀਆਂ ਵੈਕੈਂਸੀਜ਼ ਨੇ ਉਹ 612 ਨੇ, ਔਰ JBT ਟੀਚਰ ਦੀਆਂ ਜਿਹੜੀਆਂ ਨੇ ਉਹ 418 ਨੇ, ਔਰ TGT ਦੀਆਂ 194 ਨੇ। ਟੋਟਲ 612 ਮੈਂਸ਼ਨ ਕੀਤੀਆਂ ਹੋਈਆਂ ਨੇ। ਔਰ ਰਿਕਰੂਟਿੰਗ ਜਿਹੜੀ ਹੈ ਔਰਗਨਾਈਜੇਸ਼ਨ ਹੈ ਉਹ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਹੈ। ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ ਇਹਨਾਂ ਨੇ ਲਿਖਿਆ ਉਹਦੇ ਵਿੱਚ ਗ੍ਰੈਜੂਏਸ਼ਨ ਵਿਦ 50% ਮਾਰਕਸ, ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਐਂਡ CTET ਔਰ BEd ਇਸ ਦੇ ਨਾਲ ਹੀ। ਏਜ ਲਿਮਿਟ 21 ਤੋਂ 37 ਸਾਲ ਹੈ। ਔਰ ਸਲੈਕਸ਼ਨ ਜਿਹੜੀ ਹੈ ਉਹ ਹੋਏਗੀ ਜੀ, ਫਾਈਨਲ ਮੈਰਿਟ ਲਿਸਟ ਵਿਲ ਬੀ ਪ੍ਰਪੇਅਰਡ ਔਨ ਦਾ ਬੇਸਿਕ ਆਫ ਰਿਟਨ ਟੈਸਟ ਦੇ ਆਧਾਰ 'ਤੇ ਜਿਹੜੀ ਹੈ ਸਲੈਕਸ਼ਨ ਇਹਦੇ ਵਿੱਚ ਲਿਖੀ ਹੋਈ ਹੈ। ਨੋ ਇੰਟਰਵਿਊ ਹੈਜ਼ ਬੀਨ, ਕੋਈ ਵੀ ਮਤਲਬ ਕਿ ਜਿਹੜੀ ਹੈ ਇਸ ਦੇ ਨਾਲ ਇੰਟਰਵਿਊ ਸੰਬੰਧਿਤ ਨਹੀਂ ਹੋਏਗੀ। ਰਿਟਨ ਇਗਜ਼ਾਮ ਦਾ ਪੈਟਰਨਰ ਜਿਹੜਾ ਹੋਏਗਾ, ਟੋਟਲ 150 ਕੁਸ਼ਚਨ ਹੋਣਗੇ ਓਬਜੈਕਟਿਵ ਟੈਪ, 150 ਮਾਰਕਸ ਦੇ 2.5 ਘੰਟੇ ਦਾ ਟਾਈਮ ਹੋਏਗਾ। ਔਰ ਮਿਨੀਮਮ ਕੁਆਲੀਫਿਕੇਸ਼ਨ ਮਾਰਕਸ ਜਿਹੜੇ ਲਿਖੇ ਹੋਏ ਨੇ ਉਹਨਾਂ ਨੇ 40% ਲਿਖੇ ਹੋਏ ਨੇ। ਔਰ ਇੰਟਰਵਿਊ ਸ਼ਡਿਊਲ, ਐਲੀਜੀਬਲ ਕੈਂਡੀਡੇਟ ਅਪਲਾਈ ਔਨਲਾਈਨ ਫੋਰ 8 ਅਕਤੂਬਰ 2018 ਤੋਂ। ਓਨਲੀ ਔਨਲਾਈਨ ਮੋਡ ਆਫ ਐਪਲੀਕੇਸ਼ਨ ਸ਼ੁੱਡ ਬੀ ਐਕਸੈਪਟਡ, ਐਪਲੀਕੇਸ਼ਨ ਫੀ ਸਬਮਿਟ ਥਰੋ ਬੈਂਕ ਚਲਾਨ ਔਰ ਔਨਲਾਈਨ ਮੋਡ। ਔਰ ਐਪਲੀਕੇਸ਼ਨ ਦੀ ਫੀ ਜਿਹੜੀ ਇਹਨਾਂ ਲਿਖੀ ਹੈ ਜਨਰਲ ਵਾਸਤੇ 800, SC/ST ਵਾਸਤੇ 400, ਔਰ ਜਿਹੜੇ PWD ਯਾਨੀ ਕਿ ਫਿਜ਼ੀਕਲ ਹੈਂਡੀਕੈਪਟ ਵਗੈਰਾ ਇੱਦਾਂ ਦੇ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਸ਼ਾਇਦ ਫੀ ਨਹੀਂ ਹੁੰਦੀ, ਨੋ ਫੀ ਲਿਖਿਆ ਹੋਇਆ। ਔਰ ਇਹਦੇ 'ਤੇ ਜਿਹੜੇ ਕਮੈਂਟ ਆ ਰਹੇ ਸੀ ਵਿਦਿਆਰਥੀਆਂ ਦੇ ਕਿ ਸਰ ਪੋਸਟਾਂ ਨਿਕਲ ਗਈਆਂ, ਇਸ ਦੇ ਸੰਬੰਧ 'ਚ ਸਾਨੂੰ ਜਾਣਕਾਰੀ ਦਿਓ, ਕਿਸ ਸਾਈਟ ਦੇ ਉੱਤੇ ਭਰੀਆਂ ਜਾਣਗੀਆਂ ਇਹ ਪੋਸਟਾਂ, ਔਰ ਇਹਦਾ ਜਿਹੜਾ ਟੈਸਟ ਜਿਹੜਾ ਸਿਲੇਬਸ ਹੈ ਉਹ ਕਿੱਥੋਂ ਜਿਹੜਾ ਟੈਸਟ ਉਹ ਹੋਵੇਗਾ। ਸੋ ਇਸ ਕਰਕੇ 2-3 ਈਮੇਲ ਆਈਆਂ ਸੀ, ਤਾਂ ਸੋਚਿਆ ਸੀ ਕਿ ਬਹੁਤ ਸਾਰੇ ਵਿਦਿਆਰਥੀਆਂ ਦੀ ਕੁਐਰੀ ਹੋਊਗੀ। ਨੈਚੁਰਲੀ ਵਟਸਐਪ 'ਤੇ ਜਿਹੜੀ ਇਹ ਪੋਸਟ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਤਾਂ ਇਹਦੇ ਸੰਬੰਧ 'ਚ ਆਪਾਂ ਨੂੰ ਜਿਹੜੀ ਜਾਣਕਾਰੀ ਮਿਲੀ ਉਹਦੇ 'ਚ ਲਈ ਦੱਸ ਦਈਏ ਕਿ ਅਜੇ ਤੱਕ ਸਾਨੂੰ ਇਸ ਦੇ ਸੰਬੰਧ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਵਿਭਾਗ ਦੀ ਸਾਈਟ ਦੇ ਉੱਤੇ ਨਹੀਂ ਮਿਲੀ। ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਦੀ ਵੀ ਅਸੀਂ ਸਾਈਟ ਖੋਲ੍ਹ ਕੇ ਦੇਖ ਲਈ, ਉਸ 'ਤੇ ਵੀ ਜਦੋਂ ਆਪਾਂ ਰਿਕਰੂਟਮੈਂਟ 'ਤੇ ਜਾਂਦੇ ਹਾਂ ਤਾਂ ਬਿਲਕੁਲ ਨੀਚੇ ਉਹਦੇ ਆਉਂਦਾ ਹੈ ਕਿ ਨੋ ਰਿਕਰੂਟਮੈਂਟ, ਮਤਲਬ ਹਜੇ ਇਸ ਦਾ ਜਿਹੜਾ ਕੋਈ ਵੀ ਰਿਕਰੂਟਮੈਂਟ ਨਹੀਂ ਹੋ ਰਹੀ ਇਸ ਸਾਈਟ 'ਤੇ। ਔਰ ਜਦੋਂ ਆਪਾਂ NITTR ਦੀ ਸਾਈਟ ਵੀ ਖੋਲ੍ਹਦੇ ਹਾਂ ਤਾਂ ਉਸ 'ਤੇ ਵੀ ਜਿਹੜਾ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਜੋਬ ਜਿਹੜੀ ਉਹ ਸ਼ੋ ਨਹੀਂ ਹੋ ਰਹੀ। ਸੋ ਜੇ ਕੋਈ ਵੀ ਇਨਫੋਰਮੇਸ਼ਨ ਸਾਨੂੰ ਇਸ ਦੇ ਰਿਲੇਟਡ ਮਿਲਦੀ ਹੈ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ। ਬਹੁਤ ਸਾਰੇ ਵਿਦਿਆਰਥੀਆਂ ਦੀ ਕੁਐਰੀ ਇਹ ਵੀ ਸੀ ਕਿ PSTET ਵਾਲੇ ਜਿਹੜੇ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ, ਤਾਂ ਜਿੱਥੋਂ ਤੱਕ ਮੇਰਾ ਆਈਡੀਆ ਹੈ ਕਿ ਸ਼ਾਇਦ PSTET ਵਾਲੇ ਨਾ ਕਰ ਸਕਦੇ ਹੋਣ ਜਾਂ ਕਰ ਸਕਦੇ ਨੇ। ਇਹ ਜਦੋਂ ਆਪਾਂ ਵਿਭਾਗ ਦੀ ਸਾਈਟ 'ਤੇ ਪ੍ਰੋਪਰ ਇੰਸਟਰਕਸ਼ਨ ਆਉਣਗੀਆਂ, ਨੋਟੀਫਿਕੇਸ਼ਨ ਹੋਏਗਾ, ਤਾਂ ਪਤਾ ਲੱਗੇਗਾ। ਆਪਾਂ JBT ਦੇ ਲਈ ਜੇ ਗੱਲ ਕਰੀਏ ਤਾਂ JBT ਦੇ ਲਈ ਜਿਹੜੀ +2 ਹੈ ਉਹ ਕੁਆਲੀਫਿਕੇਸ਼ਨ ਮਿਨੀਮਮ ਹੁੰਦੀ ਹੈ +2 ਦੇ ਨਾਲ ETT। ਇੱਥੇ ਇਹਨਾਂ ਨੇ ਸਿਰਫ ਜਿਹੜੀ ਹੈ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਵਿਦ 50% ਮਾਰਕਸ ਲਿਖੀ ਹੋਈ ਹੈ। ਇੱਥੇ ਵੀ ਦੱਸਦੀ ਹੈ ਕਿ ਜਿਹੜੇ ਕੈਟਾਗਰੀ 'ਚ ਸਟੂਡੈਂਟ ਆਉਂਦੇ ਨੇ ਉਹਨਾਂ ਨੂੰ 5% ਦੀ ਜਿਹੜੀ ਆ ਉਹ ਛੋਟ ਹੁੰਦੀ ਹੈ। ਮੇਬੀ 45 ਵਾਲੇ ਜਿਹੜੇ ਸ਼ਾਇਦ ਅਪਲਾਈ ਕਰ ਸਕਦੇ ਨੇ। ਇਹਨਾਂ ਗੱਲਾਂ ਸਾਰੀਆਂ ਦਾ ਜਿਹੜਾ ਪਤਾ ਉਦੋਂ ਹੀ ਲੱਗੇਗਾ ਜਦੋਂ ਵਿਭਾਗ ਦੀ ਸਾਈਟ 'ਤੇ ਕੋਈ ਵੀ ਜਾਣਕਾਰੀ ਹੋਏਗੀ, ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਔਰ ਏਜ ਲਿਮਿਟ ਦਾ ਵੀ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਕੁਐਸਚਨ ਸੀ ਕਿ ਏਜ ਲਿਮਿਟ 37 ਹੈ ਜਾਂ ਕੈਟੇਗਰੀ ਦੇ ਵਿੱਚ ਏਜ ਕੀ ਹੋਊਗੀ, ਤਾਂ ਇਹ ਸਾਰੀ ਕੁਐਰੀਜ਼ ਜਿਹੜੀਆਂ ਨੇ ਉਹ ਤੁਹਾਡੀਆਂ ਕਲੀਅਰ ਉਦੋਂ ਹੀ ਹੋਣਗੀਆਂ ਜਦੋਂ ਵਿਭਾਗ ਦੀ ਸਾਈਟ 'ਤੇ ਨੋਟੀਫਿਕੇਸ਼ਨ ਆਏਗਾ। ਜਿੰਨਾ ਚਿਰ ਇਹਦੇ ਵਿੱਚ ਪੂਰਾ ਕਿਸੇ ਤਰ੍ਹਾਂ ਦੀ ਵੀ ਕੋਈ ਕਲੈਰਿਟੀ ਨਹੀਂ ਹੈਗੀ ਅਜੇ, ਜਦੋਂ ਵੀ ਕੋਈ ਇਸ ਦੇ ਸੰਬੰਧੀ ਵਿਭਾਗ ਦੀ ਸਾਈਟ ਤੋਂ ਸਾਨੂੰ ਕੋਈ ਵੀ ਇਨਫੋਰਮੇਸ਼ਨ ਮਿਲੇਗੀ
ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਸੋ ਇਸ ਲਈ ਇਸ ਪੋਸਟ ਦੇ ਸੰਬੰਧ 'ਚ ਅਜੇ ਕੁਛ ਵੀ ਕਿਹਾ ਨਹੀਂ ਜਾ ਸਕਦਾ, ਔਰ ਜਦੋਂ ਵੀ ਤੁਹਾਨੂੰ ਸਾਨੂੰ ਕੋਈ ਵੀ ਇਹਦੀ ਇਨਫੋਰਮੇਸ਼ਨ ਮਿਲੇਗੀ ਪੱਕੇ ਤੌਰ 'ਤੇ ਵਿਭਾਗ ਵੱਲੋਂ ਵਿਭਾਗ ਦੀ ਸਾਈਟ 'ਤੇ, ਤਾਂ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ। ਸੋ ਉਮੀਦ ਹੈ ਕਿ ਵੀਡੀਓ ਕਾਫੀ ਹੈਲਪਿੰਗ ਹੋਏਗੀ, ਜਿੰਨੇ ਵੀ ਤੁਹਾਡੇ ਕੁਐਸਚਨ ਸੀ ਉਸ ਦੇ ਰਿਲੇਟਡ, ਔਰ ਕੋਈ ਵੀ ਹੋਰ ਵੀ ਤੁਹਾਡਾ ਕੁਐਸਚਨ ਹੋਏ ਤਾਂ ਪਲੀਜ਼ ਕਮੈਂਟ ਦੇ ਵਿੱਚ ਤੁਸੀਂ ਜਿਹੜਾ ਉਹ ਲਿਖ ਸਕਦੇ ਹੋ। ਸੋ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ, ਵੀਡੀਓ ਨੂੰ ਸ਼ੇਅਰ ਕਰੋ, ਔਰ ਨਾਲ ਹੀ ਦੱਸਦੀ ਹੈ ਕਿ ਜੇ ਤੁਸੀਂ ਸੀ ਟੈਟ ਦੀ ਪੀ ਐੱਸ ਟੈਟ ਦੀ ਤਿਆਰੀ ਕਰ ਰਹੇ ਹੋ ਔਰ ਮਾਸਟਰ ਕਾਡਰ ਦੀ ਤਿਆਰੀ ਕਰ ਲਏ, ਤਾਂ ਉਹਦੇ ਲਈ ਬਹੁਤ ਸਾਰੀ ਵੀਡੀਓ, ਬਹੁਤ ਸਾਰਾ ਮਟੀਰੀਅਲ ਚੈਨਲ ਦੇ ਉੱਪਰ ਤੁਹਾਨੂੰ ਪ੍ਰੈਪਰੇਸ਼ਨ ਲਈ ਮਿਲ ਜਾਏਗਾ। ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਸਾਰੀਆਂ ਵੀਡੀਓ ਉਹ ਦੇਖ ਸਕਦੇ ਹੋ। ਥੈਂਕ ਯੂ ਫੋਰ ਵਾਚਿੰਗ ਦਾ ਵੀਡੀਓ।